ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨ ਕਾਬੂ। ਸੂਬੇ ਵਿੱਚ ਵੱਧਦੀ ਬੇਰੋਜ਼ਗਾਰੀ ਦੇ ਚੱਲਦਿਆਂ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਚੋਰੀ ਚਕਾਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਦੇ ਮੂਣਕ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਜੋ ਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮੂਣਕ ਦੇ ਥਾਣਾ ਮੁਖੀ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਇਹ 4 ਨੌਜਵਾਨ ਵਿਦਿਆਰਥੀ ਹਨ ਅਤੇ ਨਵੇਂ ਨਵੇਂ ਇਸ ਜੁਰਮ ਦੀ ਰਾਹ ਤੇ ਚੱਲੇ ਹਨ। ਨੌਜਵਾਨ ਨੇ ਕਾਲਜ ਦੇ ਵਿੱਚ ਸਕੂਲ 'ਚ ਪੜ੍ਹਦੇ ਆ ਔਰ ਉਹਨਾਂ ਦੀ ਸ਼ੁਰੂਆਤ ਨਿਸ਼ਰ ਸਟੇਜ ਹੈ। ਇਹ ਰਾਹਗੀਰ ਤੋਂ ਜਾਂਦਿਆਂ ਤੋਂ ਮੋਟਰਸਾਈਕਲ ਖੋਲ੍ਹਣਾ ਜਾਂ ਮੋਬਾਈਲ ਵਗੈਰਾ ਖੋਲ੍ਹਣਾ ਜਾਂ ਪੈਸੇ ਵਗੈਰਾ ਖੋਲ੍ਹਣਾ ਇਸ ਤਰ੍ਹਾਂ ਦੀ ਵਰਤੋਂ ਹੁੰਦੀ ਹੈ ਨੌਜਵਾਨ ਅਤੇ ਸਰ ਪਹਿਲਾਂ ਵੀ ਇੰਜਾਮ ਦਿੰਦੇ ਰਹੇ ਪਹਿਲਾਂ ਅੱਜ ਤੋਂ ਹੁਣ ਜਿਹੜੀ ਪੁੱਛਗਿੱਛ ਉਹ ਤੋਂ ਆਏ ਕਿ ਇਹਨਾਂ ਨੇ ਛੋਟੀ ਛੋਟੀ ਚੋਰੀਆਂ ਕੀਤੀਆਂ ਵੱਡੇ ਲੈਵਲ 'ਤੇ ਜਿਹੜੀ ਹੈ ਪਹਿਲੀ ਇਹਨਾਂ ਦੀ ਵਾਰਦਾ ਸੀ ਅਤੇ ਉਹਦੇ 'ਚ ਇਹ ਜਿਹੜੇ ਆ ਪੁਲਿਸ ਨੇ ਸਾਡੇ 'ਤੇ ਬਹੁਤ ਮਿਹਨਤ ਕੀਤੀ ਹੋਈ ਥੋੜ੍ਹੇ ਮੁਸ਼ਕਿਲ ਟੈਸਟ ਕੀਤੇ।